ਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਹਰ ਹਫਤੇ ਦੀ ਤਰ੍ਹਾਂ ਦੋਸਤੋ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ ਅਸੀਂ ਪਿਛਲੇ ਹਫਤੇ ਵੀ ਇਹ ਖਬਰ ਸਾਂਝੀ ਕੀਤੀ ਸੀ ਕਿ ਪਾਕਿਸਤਾਨ ਦੇ ਕਲਾਕਾਰਾਂ ਤੇ ਬੜੀ ਵੱਡੀ ਰੋਕ ਲਗਾਈ ਗਈ ਹੈ ਕਿ ਉਹ ਭਾਰਤ ਦੇ ਵਿੱਚ ਆ ਕੇ ਫਿਲਮਾਂ ਦੇ ਅੰਦਰ ਕੰਮ ਨਾ ਕਰਨ ਬਹੁਤ ਸਾਰੇ ਲੋਕਾਂ ਦੇ ਵਿਚਾਰ ਨੇ ਕਿ ਇਹ ਫੈਸਲਾ ਬਿਲਕੁਲ درست ਹੈ ਤੇ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਸਰਹੱਦਾਂ ਦੇ ਝੇੜਿਆਂ ਦੇ ਵਿੱਚ ਕਲਾਕਾਰਾਂ ਨੂੰ ਨਹੀਂ ਘੜੀਸਣਾ ਚਾਹੀਦਾ ਕਲਾ ਕਰਨ ਦੇ ਲਈ ਕੋਈ ਹੱਦ ਜਾਂ ਸਰਹੱਦ ਨਹੀਂ ਹੁੰਦੀ ਪਰ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਕਰਨ ਜੋਹਰ ਦੀ ਅਗਲੇ ਦਿਨੀ ਜੋ ਫਿਲਮ ਰਿਲੀਜ਼ ਹੋਣੀ ਸੀ ਐ ਦਿਲ ਹੈ ਮੁਸ਼ਕਿਲ ਇਹ ਰਿਲੀਜ਼ ਤਾਂ ਹੋਵੇਗੀ ਪਰ ਇਹਨੂੰ ਚਾਰ ਸੂਬਿਆਂ ਦੇ ਵੱਲੋਂ ਰਿਲੀਜ਼ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ ਤਰਨਾਟਕ ਮਹਾਰਾਸ਼ਟਰ ਤੇ ਕੁਝ ਕੁ ਹੋਰ ਥਾਵਾਂ ਦੇ ਉੱਤੇ ਗੁਜਰਾਤ ਸਮੇਤ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਮਨਾ ਇਸ ਕਰਕੇ ਕਰ ਦਿੱਤਾ ਗਿਆ ਡਿਸਟ੍ਰੀਬਿਊਟਰਾਂ ਦੇ ਵੱਲੋਂ ਕਿ ਇਸ ਫਿਲਮ ਦੇ ਵਿੱਚ ਦੋ ਪਾਕਿਸਤਾਨੀ ਕਲਾਕਾਰ ਨੇ ਇੱਕ ਹੈ ਇਮਰਾਨ ਅਬਾਸ ਤੇ ਦੂਜਾ ਹੈ ਫਵਾਦ ਖਾਨ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਇਸ ਫਿਲਮ ਦੇ ਵਿੱਚ ਲਿਆ ਗਿਆ ਹੈ ਕਲਾਕਾਰ ਇਹ ਦੋਨੋਂ ਪਾਕਿਸਤਾਨ ਦੇ ਨਾਲ ਵਸਤਾ ਨੇ ਉਥੋਂ ਦੇ ਫਿਲਮ ਖੇਤਰ ਦੇ ਵਿੱਚ ਵੀ ਇਹ ਸਰਗਰਮ ਨੇ ਪਰ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਫਿਲਮ ਦੇ ਨਿਰਮਾਤਾ ਦੇ ਲਈ ਇਸ ਫਿਲਮ ਦੇ ਨਾਲ ਜੁੜੀ ਹੋਈ ਟੀਮ ਦੇ ਲਈ ਮੁਸ਼ਕਲ ਖੜੀ ਹੋਏਗੀ ਕਿਉਂਕਿ ਜੇਕਰ ਚਾਰ ਸੂਬਿਆਂ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੁੰਦੀ ਤਾਂ ਮਤਲਬ ਇਹ ਹੈ ਕਿ ਆਰਥਿਕ ਤੌਰ ਦੇ ਉੱਤੇ ਸੱਟ ਵੱਡੀ ਵੱਜੇਗੀ ਦੂਜੀ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਕਈ ਸੂਬਿਆਂ ਦੇ ਵਿੱਚ ਪਤਾ ਲੱਗਾ ਹੈ ਕਿ ਸਿੰਗਲ ਸਕਰੀਨਾਂ ਦੇ ਵਿੱਚ ਇਹ ਫਿਲਮ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੋ ਜੇਕਰ ਇਹ ਬਾਕੀ ਸੂਬਿਆਂ ਦੇ ਵਿੱਚ ਸਿੰਗਲ ਸਕਰੀਨਾਂ ਤੇ ਰਿਲੀਜ਼ ਨਹੀਂ ਹੁੰਦੀ ਤਾਂ ਇਹ ਦੂਜਾ ਬਹੁਤ ਵੱਡਾ ਝਟਕਾ ਹੋਏਗਾ। ਇਹ ਵੀ ਪਤਾ ਲੱਗਾ ਕਿ ਕਰਨ ਜੋਹਰ ਦੇ ਵੱਲੋਂ ਇਸ ਵਕਤ ਸਾਰੇ ਦਾ ਸਾਰਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਇਸ ਫਿਲਮ ਨੂੰ ਅਬਰੌਡ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਿਲੀਜ਼ ਕਰਨ ਦੇ ਵੱਲ ਕਿ ਉੱਥੇ ਸਾਨੂੰ ਵੱਧ ਹੰਗਾਰਾ ਮਿਲ ਜਾਵੇ ਤੇ ਜੋ ਘਾਟਾ ਭਾਰਤ ਦੇ ਵਿੱਚ ਪੈਣਾ ਉਹ ਘਾਟਾ ਪੂਰਿਆ ਜਾ ਸਕੇ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਐ ਦਿਲ ਹੈ ਮੁਸ਼ਕਿਲ ਦੇ ਮੁਕਾਬਲੇ ਸ਼ਿਵਾਏ ਫਿਲਮ ਜੋ ਕਿ ਅਜੇ ਦੇਵਗੰਦ ਦੀ ਫਿਲਮ ਹੈ ਉਹਨੂੰ ਵੱਧ ਸਕਰੀਨਾਂ ਮਿਲ ਰਹੀਆਂ ਨੇ ਉਹਦੇ ਟ੍ਰੇਲਰ ਨੂੰ ਜ਼ਬਰਦਸਤ ਹੰਗਾਰਾ ਮਿਲਿਆ ਹੈ ਤੇ ਉਸ ਫਿਲਮ ਦੇ ਬਾਬਤ ਅੱਜ ਤੋਂ ਹੀ ਇਹ ਅੰਦਾਜ਼ੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਕਿ ਸ਼ਿਵਾਏ ਸ਼ਾਇਦ ਅੱਗੇ ਨਿਕਲੇਗੀ ਐ ਦਿਲ ਹੈ ਮੁਸ਼ਕਿਲ ਦੇ ਨਾਲੋਂ ਪਰ ਕੁੱਲ ਮਿਲਾ ਕੇ ਇਹ ਗੱਲ ਕਹਿਣੀ ਬਣਦੀ ਹੈ ਕਿ ਭਾਵੇਂ ਭਾਰਤ ਦੇ ਕਲਾਕਾਰ ਪਾਕਿਸਤਾਨ ਦੇ ਵਿੱਚ ਜਾਂਦੇ ਹੋਣ ਕੰਮ ਕਰਨ ਦੇ ਲਈ ਜਾਂ ਪਾਕਿਸਤਾਨੀ ਕਲਾਕਾਰ ਭਾਰਤ ਦੇ ਵਿੱਚ ਆਉਂਦੇ ਹੋਣ ਕੰਮ ਕਰਨ ਦੇ ਲਈ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਪਰ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਨਹੀਂ ਛੜਨੀ ਚਾਹੀਦੀ ਜਿਹੜੇ ਲੋਕ ਕਲਾਕਾਰਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੀ ਆਪਣੀ ਸਮਾਜ ਨੂੰ ਕਿਸੇ ਪਾਸਿਓਂ ਵੀ ਖਾਸ ਕਰਕੇ ਕਲਾ ਖੇਤਰ ਦੇ ਵਿੱਚ ਇੱਕ ਪੈਸੇ ਦੀ ਦੇਣ ਵੀ ਕਦੇ ਨਜ਼ਰ ਨਹੀਂ ਆਈ ਹਿੰਦੀ ਫਿਲਮ ਖੇਤਰ ਦੇ ਵਿੱਚ ਰੇਖਾ ਦਾ ਕਿੰਨਾ ਵੱਡਾ ਨਾਂ ਹੈ ਆਪਾਂ ਸਾਰੇ ਜਾਣਦੇ ਹਾਂ ਰੇਖਾ ਦਾ ਪੱਕਾ ਨਾ ਘਰੇਲੂ ਨਾ ਭਾਨੂਮਤੀ ਰੇਖਾ ਹੈ ਪਰ ਜਦੋਂ ਉਹ ਫਿਲਮੀ ਖੇਤਰ ਦੇ ਵਿੱਚ ਆਈ ਤਾਂ ਭਾਨੂਮਤੀ ਨੂੰ ਪਰੇ ਕਰ ਦਿੱਤਾ ਗਿਆ ਤੇ ਇਕੱਲੀ ਰੇਖਾ ਬਣ ਗਈ ਉਹ ਪਰ ਇੱਥੇ ਵੀ ਦੱਸਣਾ ਮਿਲਦਾ ਹੈ ਕਿ ਰੇਖਾ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਕੋਈ ਸ਼ੌਕ ਨਹੀਂ ਸੀ ਘਰ ਦੇ ਵਿੱਚ ਮਜਬੂਰੀਆਂ ਸਨ ਕਈ ਤਰ੍ਹਾਂ ਦੀਆਂ ਖਾਸ ਕਰਕੇ ਆਰਥਿਕ ਹਾਲਾਤ ਬੜੇ ਮੰਦੜੇ ਸਨ ਇਸ ਕਰਕੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਕੰਮ ਕਰਨਾ ਪਿਆ ਫਿਲਮਾਂ ਦੇ ਵਿੱਚ ਰੇਖਾ ਨੂੰ ਰੇਖਾ ਦਾ ਜਨਮ 10 ਅਕਤੂਬਰ 1954 ਨੂੰ ਚੇਨਈ ਦੇ ਵਿੱਚ ਹੋਇਆ ਉਹ ਆਪਣੀ ਮਾਤ ਭਾਸ਼ਾ ਮਾਂ ਬੋਲੀ ਤੇਲਗੂ ਨੂੰ ਮੰਨਦੀ ਹੈ ਤੇ 12 ਸਾਲ ਦੀ ਉਮਰ ਦੇ ਵਿੱਚ ਰੇਖਾ ਨੇ ਪਹਿਲੀ ਵਾਰ ਜੋ ਕੰਮ ਕੀਤਾ ਸੀ ਫਿਲਮ ਦੇ ਵਿੱਚ ਉਹ ਤੇਲਗੂ ਦੇ ਵਿੱਚ ਹੀ ਬਣੀ ਸੀ ਰੇਖਾ ਦੀ ਹਸਰਤ ਸੀ ਕਿ ਉਹ 에ਅਰ ਹੋਸਟਸ ਬਣੇ ਕਿਉਂਕਿ ਉਹਨੂੰ ਮੇਕਅਪ ਕਰਨ ਦਾ ਬੜਾ ਸ਼ੌਕ ਸੀ ਉਹਨੂੰ ਦੁਨੀਆ ਘੁੰਮਣ ਦਾ ਬੜਾ ਸ਼ੌਕ ਸੀ ਉਹਨੂੰ ਅਸਮਾਨ ਦੇ ਵਿੱਚ ਹਵਾ ਦੇ ਵਿੱਚ ਰਹਿਣ ਦਾ ਸ਼ੌਕ ਸ਼ੁਰੂ ਤੋਂ ਹੀ بڑا ਸੀ ਹਵਾ ਦਾ ਮਤਲਬ ਇਹ ਨਹੀਂ ਕਿ ਉਹ ਉੱਚੀਆਂ ਉਡਾਰੀਆਂ ਮਾਰਨਾ ਚਾਹੁੰਦੀ ਸੀ ਜਾਂ ਜ਼ਮੀਨ ਨਾਲੋਂ ਉਖੜਨਾ ਚਾਹੁੰਦੀ ਸੀ ਮਤਲਬ ਇਹ ਸੀ ਕਿ ਉਹ ਜਾ ਕੇ ਅਸਮਾਨ ਦੇ ਵਿੱਚ ਗੋਤੇ ਲਾਉਣੇ ਚਾਹੁੰਦੀ ਸੀ ਉਹਦੀ ਇੱਛਾ ਸੀ ਕਿ ਮੈਂ 에ਅਰ ਹੋਸਟਸ ਬਣਾ ਪਰ ਜ਼ਿੰਦਗੀ ਉਹਨੂੰ ਹੋਰ ਮੋੜ ਦੇ ਉੱਤੇ ਲੈ ਗਈ ਤੇ ਉਸ ਦੇ ਵੱਲੋਂ ਜਿਹੜੀ ਪਹਿਲੀ ਹਿੰਦੀ ਫਿਲਮ ਦੇ ਵਿੱਚ ਕੰਮ ਕੀਤਾ ਗਿਆ ਸੀ ਉਸ ਦਾ ਨਾਂ ਸੀ ਅਨਜਾਨਾ ਸਫ਼ਰ ਉਸ ਤੋਂ ਬਾਅਦ ਤਾਂ ਇਹੋ ਜਿਹਾ ਖਾਤਾ ਖੁੱਲਿਆ ਕਿ ਰੇਖਾ ਨੇ ਕਈ ਦਰਜਨਾ ਇਹੋ ਜੀਆਂ ਫਿਲਮਾਂ ਕੀਤੀਆਂ ਕਿ ਅੱਜ ਤੱਕ ਉਹਦੇ ਵਰਗੀ ਹੀਰੋਇਨ ਖਾਸ ਕਰਕੇ ਸਟਾਈਲਿਸ਼ ਹੀਰੋਇਨ ਬਹੁਤ ਘੱਟ ਲੱਭੀ ਆ ਸਾਡੇ ਹਿੰਦੀ ਸਿਨੇਮੇ ਨੂੰ ਅੱਜ ਵੀ ਉਸ ਦੇ ਲੰਮੇ ਕੱਦ ਦੀਆਂ ਗੱਲਾਂ ਉਸ ਦੇ ਹੁਸਨ ਦੀਆਂ ਗੱਲਾਂ ਉਸ ਦੀ ਅਦਾਇਗੀ ਦੀਆਂ ਗੱਲਾਂ ਥਾ ਥਾਂ ਦੇ ਉੱਤੇ ਛਿੜਦੀਆਂ ਨੇ ਨਵੇਂ ਪੂਰ ਦੀਆਂ ਕਈ ਹੀਰੋਇਨਾ ਰੇਖਾ ਨੂੰ ਕਾਪੀ ਕਰਦੀਆਂ ਨੇ ਨਕਲ ਕਰਦੀਆਂ ਨੇ ਉਹਦੇ ਕੁਝ ਕੁ ਅਦਾਇਗੀ ਦੇ ਪ੍ਰਭਾਵ ਦੀਆਂ ਸੋ ਇੱਕ ਹੋਰ ਗੱਲ ਕਹਿਣੀ ਬਣਦੀ ਆ ਕਿ ਰੇਖਾ ਦੇ ਵਿਆਹੁਤਾ ਜੀਵਨ ਦੇ ਬਾਰੇ ਕਈ ਤਰਾਨੀਆਂ ਚਰਚਾਵਾਂ ਅਕਸਰ ਛਿੜਦੀਆਂ ਰਹੀਆਂ ਨੇ ਪਰ ਜੇਕਰ ਅਸੀਂ ਲੰਘੇ ਵੇਲੇ ਦੇ ਵਿੱਚ ਦੇਖੀਏ ਜਦੋਂ ਰੇਖਾ ਸਰਗਰਮ ਸੀ ਹਿੰਦੀ ਫਿਲਮਾਂ ਦੇ ਵਿੱਚ ਉਸ ਵਕਤ ਇੱਕ ਵਾਰ ਉਹਨਾਂ ਦਾ ਸਭ ਤੋਂ ਵੱਧ ਨਾਂ ਜੁੜਿਆ ਅਮਤਾ ਵਚਨ ਦੇ ਨਾਲ ਸ਼ਤਰੂ ਕੰਸ ਨਾਲ ਦੇ ਨਾਲ ਵੀ ਨਾਂ ਜੁੜਿਆ ਇਸ ਤੋਂ ਇਲਾਵਾ ਵਿਨੋਦ ਮਹਿਰਾ ਦੇ ਨਾਲ ਵੀ ਉਹਨਾਂ ਦਾ ਨਾਂ ਜੁੜਿਆ ਤੇ ਕਈ ਹੋਰ ਕਲਾਕਾਰ ਵੀ ਇਹ ਹੋਜੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਮੁਹੱਬਤ ਦੇ ਪ੍ਰਸੰਗ ਛਿੜੇ ਉਹ ਝੂਠੇ ਸਨ ਜਾਂ ਸੱਚੇ ਸਨ ਇਹ ਬਾਤ ਦੀ ਗੱਲ ਹੈ ਪਰ ਰੇਖਾ ਦਾ ਫਿਲਮੀ ਸਫਰ ਵੀ ਲਾਜਵਾਬ ਰਿਹਾ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਜੋ ਪ੍ਰਸੰਗ ਸਨ ਉਹਨਾਂ ਦੀ ਵੀ ਮੀਡੀਆ ਦੇ ਵਿੱਚ ਬੜੀ ਵੱਡੀ ਚਰਚਾ ਹੁੰਦੀ ਰਹੀ ਆ। ਕਿਸ਼ਨ ਬਾਬੂ ਰਾਓ ਹਜ਼ਾਰੇ ਦੇ ਉੱਤੇ ਪਿਛਲੇ ਹਫ਼ਤੇ ਫਿਲਮ ਰਿਲੀਜ਼ ਹੋਈ ਆ ਸ਼ੁੱਕਰਵਾਰ ਨੂੰ। ਤੁਸੀਂ ਸੋਚੋਗੇ ਕਿ ਕਿਸ਼ਨ ਬਾਬੂ ਰਾਓ ਹਜ਼ਾਰੇ ਕੌਣ ਹੋਏ? ਅਸਲ ਦੇ ਵਿੱਚ ਇਹ ਅੰਨਾ ਹਜ਼ਾਰੇ ਨੇ ਜਿਹੜੇ ਰਾਲੇਗਨ ਸਿੱਧੀ ਪਿੰਟ ਦੇ ਨੇ। ਅੰਨਾ ਹਜ਼ਾਰੇ ਉਸ ਸ਼ਖਸ ਨੇ ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਆਪਾਂ ਸਾਰੇ ਜਾਣਦੇ ਹਾਂ ਇੱਕ ਵੇਲਾ ਸੀ ਜਦੋਂ ਆਰਾਮ ਲੀਲਾ ਮੈਦਾਨ ਦੇ ਵਿੱਚ ਜਨ ਲੋਕਪਾਲ ਅੰਦੋਲਨ ਨੂੰ ਲੈ ਕੇ ਇਹੋ ਜਿਹਾ ਸੰਘਰਸ਼ ਵਿੱਡਿਆ ਗਿਆ ਕਿ ਦੇਸ਼ ਦੁਨੀਆ ਦੇ ਵਿੱਚ ਅੰਨਾ ਅੰਨਾ ਹੋਣ ਲੱਗ ਪਈ ਮੈਂ ਵੀ ਅੰਨਾ ਤੂੰ ਵੀ ਅੰਨਾ ਮੈਂ ਵੀ ਅੰਨਾ ਤੂੰ ਵੀ ਅੰਨਾ ਇਹ ਚਰਚਾ ਹਰ ਇੱਕ ਦੇ ਮੂੰਹੋਂ ਨਾਰੇ ਦੇ ਰੂਪ ਦੇ ਵਿੱਚ ਸੁਣੀ ਗਈ ਹੁਣ ਅੰਨਾ ਹਜ਼ਾਰੇ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਇੱਕ ਫਿਲਮ ਤਿਆਰ ਹੋਈ ਆ ਨਾ ਜਿਹੜੀ ਕਿ ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਆ ਇਸ ਫਿਲਮ ਦੇ ਡਾਇਰੈਕਟਰ ਤੇ ਮੁੱਖ ਕਲਾਕਾਰ ਨੇ ਸシャンਕ ਉਦੇਪੁਰਕਰ ਹੋਰੀ ਗੋਵਿੰਦ ਨਾਮਦੇਵ ਹੋਰਾਂ ਨੇ ਵੀ ਇਹਦੇ ਵਿੱਚ ਅਦਾਕਾਰੀ ਕੀਤੀ ਹੈ ਇਸ ਫਿਲਮ ਨੂੰ ਬਹੁਤਾ ਹੰਗਾਰਾ ਤਾਂ ਨਹੀਂ ਮਿਲਿਆ ਪਰ ਜਿਹੜੇ ਅੰਨਾ ਹਜ਼ਾਰੇ ਦੇ ਨਿੱਜੀ ਤੌਰ ਦੇ ਉੱਤੇ ਪ੍ਰਸ਼ੰਸਕ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਫਿਲਮ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਅੰਨਾ ਹਜ਼ਾਰੇ ਦੀ ਇਹ ਫਿਲਮ ਕਾਮਯਾਬ ਕਿਉਂ ਨਹੀਂ ਹੋਈ ਇਹਦੇ ਵਿੱਚ ਕੀ ਕਮਰਸ਼ੀਅਲ ਗੱਲਾਂ ਦੀ ਘਾਟ ਹੈ ਕਿ ਇਹਦੇ ਵਿੱਚ ਨੀਰਸ ਗੱਲਾਂ ਨੂੰ ਪੇਸ਼ ਕੀਤਾ ਗਿਆ ਹੈ ਇਹ ਇੱਕ ਵੱਖਰਾ ਵਿਸ਼ਾਏ ਜੋ ਕਿ ਧਿਆਨ ਬਾਅਦ ਦੇ ਵਿੱਚ ਖਿੱਚਦਾ ਪਰ ਪਹਿਲਾਂ ਸਭ ਤੋਂ ਇਹ ਗੱਲ ਧਿਆਨ ਖਿੱਚਦੀ ਹੈ ਕਿ ਇਹ ਫਿਲਮ ਕਿਉਂ ਬਣਾਈ ਗਈ ਜਿਹੜੇ ਇਹਦੇ ਫਿਲਮ ਦੇ ਨਿਰਦੇਸ਼ਕ ਨੇ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਅੰਨਾ ਹਜ਼ਾਰੇ ਦੇ ਰੂਪ ਵਿੱਚ ਕਿਰਦਾਰ ਵੀ ਨਿਭਾਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਨਿੱਜੀ ਤੌਰ ਦੇ ਉੱਤੇ ਅੰਨਾ ਹਜ਼ਾਰੇ ਦੇ ਵਿਅਕਤੀ ਤਵ ਤੋਂ ਬੇਹੱਦ ਪ੍ਰਭਾਵਿਤ ਆ ਮੈਂ ਪੈਸੇ ਨਿਵੇਸ਼ ਦੀ ਗੱਲ ਸੋਚੀ ਮੇਰੇ ਮਨ ਦੀ ਹਸਰਤ ਸੀ ਕਿ ਮੈਂ ਜਦੋਂ ਵੀ ਪਹਿਲੀ ਫਿਲਮ ਕਰਨੀ ਆ ਉਹ ਅੰਨਾ ਹਜ਼ਾਰੇ ਦੇ ਉੱਤੇ ਕਰਨੀ ਆ ਲੰਮਾ ਸਮਾਂ ਮੈਂ ਅੰਨਾ ਹਜ਼ਾਰੀ ਦੇ ਕੋਲ ਰਾਲੇਗਨ ਸਿੱਧੀ ਦੇ ਵਿੱਚ ਰਿਆ ਤੇ ਇਹ ਫਿਲਮ ਮੈਂ ਤਿਆਰ ਕੀਤੀ ਆ ਅੰਨਾ ਹਜ਼ਾਰੀ ਦੇ ਵੱਲੋਂ ਵੀ ਕੁਝ ਕ ਟੀਵੀ ਚੈਨਲਾਂ ਦੇ ਉੱਤੇ ਪਿਛਲੇ ਹਫ਼ਤੇ ਦੇ ਵਿੱਚ ਪ੍ਰਚਾਰ ਕੀਤਾ ਗਿਆ ਇਸ ਫਿਲਮ ਦਾ ਇਸ ਫਿਲਮ ਨੂੰ ਭਾਵੇਂ ਬਹੁਤਾ ਹੁੰਗਾਰਾ ਨਾ ਮਿਲਿਆ ਹੋਵੇ ਪਰ ਕੁੱਲ ਮਿਲਾ ਕੇ ਗੱਲ ਕਹਿ ਸਕਦੇ ਆ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਖਾਰ ਕਰਕੇ ਸਮਾਜ ਸੇਵਕ ਦੀ ਜ਼ਿੰਦਗੀ ਦੇ ਉੱਤੇ ਅਧਾਰਿਤ ਇਹ ਫਿਲਮ ਇਹੋ ਜਿਹੀ ਹੈ ਜਿਸ ਤੋਂ ਕੁਝ ਲੋਕ ਕੁਝ ਨਾ ਕੁਝ ਸਿੱਖ ਜ਼ਰੂਰ ਸਕਦੇ ਨੇ ਦੋਸਤੋ ਸਾਡੇ ਪੰਜਾਬੀ ਸਮਾਜ ਦੇ ਵਿੱਚ ਅਫਵਾਹਾਂ ਦਾ ਰੁਝਾਨ ਬਹੁਤ ਜ਼ੋਰ ਫੜ ਚੁੱਕਿਆ ਹੈ ਪਿਛਲੇ ਹਫਤੇ ਇੱਕ ਇਹੋ ਜਿਹੀ ਅਫਵਾਹ ਸਾਡੇ ਸਾਹਮਣੇ ਆਈ ਕਿ ਹਰ ਕੋਈ ਸੁਣ ਜਾ ਹੋ ਕੇ ਰਹਿ ਗਿਆ ਸੀ ਕਿਉਂਕਿ ਆਪਣੇ ਵੇਲੇ ਦੇ ਮਸ਼ਹੂਰ ਕਮੇਡੀਅਨ ਰਹੇ ਮਿਹਰ ਮਿੱਤਲ ਸਾਹਿਬ ਦੀ ਮੌਤ ਦੀ ਅਫਵਾਹ ਫੈਲ ਗਈ ਸੀ ਇਹ ਗੱਲ ਸੱਚੀ ਹੈ ਕਿ ਉਹ 82 ਨਵੇਂ ਬਰੇ ਦੇ ਵਿੱਚ ਥੋੜੇ ਜਿ ਢਿੱਲੇ ਮੱਠੇ ਰਹਿੰਦੇ ਨੇ ਇਹ ਵੀ ਗੱਲ ਸੱਚੀ ਆ ਕਿ ਉਹ ਅਹਮਦਾਬਾਦ ਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਪਰ ਉਧਰ ਤਾਂ ਉਹ ਆਈਸੀਯੂ ਦੇ ਵਿੱਚ ਭਰਤੀ ਸਨ ਤੇ ਇਧਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਮਰਨ ਦੀ ਅਫਵਾਹ ਫੈਲਾ ਦਿੱਤੀ ਗਈ। ਲਗਾਤਾਰ ਉਹਨਾਂ ਨੂੰ ਸ਼ਰਧਾਂਜਲੀਆ ਭੇਟ ਹੋਣ ਲੱਗੀਆਂ ਪਰ ਅਗਲੇ ਦਿਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਹਮਣੇ ਆ ਕੇ ਇਹ ਗੱਲ ਕਹੀ ਕਿ ਜਿਉਂਦੇ ਨੂੰ ਨਾ ਮਾਰੋ। ਤੁਸੀਂ ਸਭ ਤੋਂ ਪਹਿਲਾਂ ਖਬਰ ਦੇਣ ਦੇ ਚੱਕਰ ਦੇ ਵਿੱਚ ਜਿਉਂਦੇ ਜੀ ਨੂੰ ਮਾਰਨਾ ਕਦੋਂ ਬੰਦ ਕਰੋਗੇ? ਖੁਸ਼ਖਬਰੀ ਵਾਲੀ ਗੱਲ ਇਹ ਆ, ਤਸੱਲੀ ਵਾਲੀ ਗੱਲ ਇਹ ਆ। ਕਿ ਮੇਰ ਮਿੱਤਲ ਸਾਹਿਬ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹਨਾਂ ਨੂੰ ਆਈਸੀਯੂ ਦੇ ਵਿੱਚੋਂ ਬਾਹਰ ਕੱਢ ਕੇ ਜਨਰਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸ਼ਾਇਦ ਉਹ ਬਹੁਤ ਜਲਦ ਆਪਣੇ ਘਰ ਵੀ ਪਰਤ ਆਉਣ। ਅਸੀਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਕਿਉਂਕਿ ਇੱਕ ਵੇਲਾ ਸੀ ਜਦੋਂ ਪ੍ਰੀਤੀ ਸਪਰੂ, ਵਰਿੰਦਰ ਤੇ ਮੇਰ ਮਿੱਤਲ ਤਿੰਨ ਜਾਣੇ ਜਿਹੜੀ ਫਿਲਮ ਦੇ ਵਿੱਚ ਹੋਣ ਉਹ ਫਿਲਮ ਸੁਪਰ ਡੁੱਪਰ ਹੋਣ ਦਾ ਅੰਦਾਜ਼ਾ ਲੱਗ ਜਾਂਦਾ ਸੀ। ਕਿਆਸਰਾਈਆਂ ਪਹਿਲਾਂ ਹੀ ਹੋਣ ਲੱਗਦੀਆਂ ਸਨ। ਸੋ ਇਹੋ ਜੇ ਕਲਾਕਾਰਾਂ ਦੇ ਬਾਬਤ ਸਾਨੂੰ ਆਪਵਾ ਹਨੇ ਫਲੌਣੇ ਦਾ ਚਾਈਤਗਾ ਤੇ ਪਿਛਲੇ ਹਫਤੇ ਦੋਸਤੋ ਮਸ਼ਹੂਰ ਗੀਤਕਾਰ ਗੁਰਚਰਨ ਵਿਰਕ ਦੀ ਮੌਤ ਨੇ ਸਭ ਨੂੰ ਝੰਡੋੜ ਸੁੱਟਿਆ ਫਰੀਦਕੋਟ ਜ਼ਿਲ੍ਹੇ ਤੋਂ 10 ਕਿਲੋਮੀਟਰ ਦੂਰ ਪਿੰਡ ਹੈ ਅਰਾਈਆਂ ਵਾਲਾ ਕਲਾਂ ਇਸ ਪਿੰਡ ਦੇ ਵਿੱਚ ਸਧਾਰਨ ਪਰਿਵਾਰ ਦੇ ਵਿੱਚ ਜੰਮਿਆ ਗੁਰਚਰਨ ਵਿਰਕ ਪਹਿਲਾਂ ਉਸ ਨੇ ਗੀਤ ਲਿਖੇ ਤੇ ਗੀਤਾਂ ਦੇ ਬੋਲ ਵੀ ਇਹੋ ਜਿਹੇ ਸਨ ਕਿ ਅੱਜ ਤੱਕ ਸਾਡੇ ਚੇਤੇ ਦੇ ਉੱਤੇ ਉਕਰੇ ਹੋਏ ਨੇ ਕਾ ਤੋ ਆਈਆਂ ਗਰੀਬ ਤੇ ਜਵਾਨੀਆਂ ਨਹੀਂ ਫਿਕਰਾਂ 'ਚ ਮੁੱਕ ਜਾਣਗੀਆਂ ਤੇ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਾਊਗਾ ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ ਇਹ ਗੁਰਚਰਨ ਵਿਰਕ ਦੀ ਕਲਮ ਦਾ ਜਾਦੂ ਹੈ ਇਹਨਾਂ ਗੀਤਾਂ ਨੂੰ ਮਨਜੀਤ ਰੂਪੋ ਵਾਲੀਆ ਨੇ ਗਾਇਆ ਕੁਝ ਕੋ ਹੋਰ ਕਲਾਕਾਰਾਂ ਨੇ ਵੀ ਗੀਤ ਗਾਏ ਪ੍ਰਗਟ ਭਾਗੂ ਦੀ ਆਵਾਜ਼ ਤੇ ਗੁਰਚਰਨ ਵਿਰਕ ਦੇ ਕਲਮ ਦਾ ਕਮਾਲ ਹੁੰਦਾ ਸੀ ਕਿਸੇ ਵੇਲੇ ਫਿਰ ਗੁਰਚਰਨ ਨੇ ਨਿਰਦੇਸ਼ਨ ਖੇਤਰ ਦੇ ਵਿੱਚ ਕਿਸਮਤ ਅਜ਼ਮਾਈ ਕੀਤੀ ਬਹੁਤ ਸਾਰੀਆਂ ਫਿਲਮਾਂ ਤੇ ਗੀਤਾਂ ਦਾ ਵੀਡੀਓ ਨਿਰਦੇਸ਼ਨ ਕੀਤਾ ਉਹ ਇਸ ਵਕਤ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਸਨ ਦਿਲ ਦਾ ਦੌਰਾ ਉਹਨਾਂ ਨੂੰ ਪੈ ਗਿਆ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਜਾਣ ਤੋਂ ਬਾਅਦ ਸਮੁੱਚਾ ਸੰਗੀਤ ਸੰਸਾਰ ਜਨ ਜੁੜਿਆ ਕਿ ਦੋਸਤੋ ਪਿਛਲੇ ਹਫਤੇ ਯਾਨੀ ਕਿ ਸ਼ੁੱਕਰਵਾਰ ਨੂੰ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਲੋਕ ਗਿੱਪੀ ਗਰੇਵਾਲ ਦੀ ਅਦਾਕਾਰੀ ਵਾਲੀ ਇਹ ਫਿਲਮ ਹੈ ਤੇ ਸਮੀਪ ਕੰਗ ਨੇ ਵੀ ਇਹਦੇ ਵਿੱਚ ਅਦਾਕਾਰੀ ਕੀਤੀ ਹੈ ਤੇ ਇਸ ਫਿਲਮ ਦਾ ਉਹਨਾਂ ਨੇ ਨਿਰਦੇਸ਼ਨ ਵੀ ਕੀਤਾ ਹੈ ਸਮੀਪ ਕੰਗ ਨੇ ਲੰਬੇ ਸਮੇਂ ਬਾਅਦ ਕਿਸੇ ਫਿਲਮ ਦੇ ਵਿੱਚ ਬਤੌਰ ਐਕਟਰ ਵੀ ਭੂਮਿਕਾ ਨਿਭਾਈ ਹੈ ਇਸ ਫਿਲਮ ਨੂੰ ਵੱਖਰੇ ਵਿਸ਼ੇ ਦੀ ਫਿਲਮ ਮੰਨਿਆ ਜਾ ਰਿਹਾ ਹੈ ਸਮਾਜ ਦੇ ਉੱਤੇ ਸਵਾਲ ਕਰਨ ਵਾਲੀ ਇਹ ਫਿਲਮ ਮੰਨੀ ਜਾ ਰਹੀ ਹੈ ਗਿੱਪੀ ਗਰੇਵਾਲ ਬੇਹਦ ਖੁਸ਼ ਹੈ ਕਿ ਇਸ ਨਵੇਂ ਵਿਸ਼ੇ ਵਾਲੀ ਫਿਲਮ ਨੂੰ ਬੇਹਦ ਪਸੰਦ ਕੀਤਾ ਗਿਆ। ਫਿਲਮ ਦੇ ਵਿੱਚ ਹਰਭਜਨ ਸਿੰਘ ਯਾਨੀ ਕਿ ਭੱਜੀ ਕ੍ਰਿਕਟਰ ਦੀ ਕਰ ਵਾਲੀ ਗੀਤਾ ਬਸਰਾ ਨੇ ਵੀ ਕੰਮ ਕੀਤਾ ਹੈ। ਉਹਨਾਂ ਦੇ ਕੰਮ ਦੀ ਵੀ ਸ਼ਲਾਘਾ ਹੋ ਰਹੀ ਹੈ। ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਸਿਨੇਮਾ ਲਗਾਤਾਰ ਨਵੇਂ ਤਜਰਬਿਆਂ ਦੇ ਵਿੱਚੋਂ ਲੰਘ ਰਿਹਾ ਤੇ ਲੋਕ ਫਿਲਮ ਦੇ ਜ਼ਰੀਏ ਅਸੀਂ ਇੱਕ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕਿ ਪੰਜਾਬੀ ਸਿਨੇਮਾ ਪਿਆਰਿਆਂ ਦੇ ਵੱਲੋਂ ਪਸੰਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੇਰੀਆਂ ਆਉਂਦੀਆਂ ਫਿਲਮਾਂ ਨੇ ਜਿਹੜੀਆਂ ਉਹ ਲੋਕ ਦੀ ਤਰ੍ਹਾਂ ਹੀ ਨਵੇਂ ਤਜਰਬਿਆਂ ਦੇ ਉੱਤੇ ਆਧਾਰਿਤ ਹੋਣਗੀਆਂ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਨਾਲ ਨਾਲ ਉਹ ਗਾਇਕੀ ਖੇਤਰ ਦੇ ਵਿੱਚ ਵੀ ਪਹਿਲਾਂ ਵਾਂਗ ਹੀ ਬਕਾਇਦਾ ਸਰਗਰਮ ਰਹਿਣਗੇ ਕਈ ਹੋਰ ਖਬਰਾਂ ਵੀ ਸਨ ਦੋਸਤੋ ਜੋ ਮਨੋਰੰਜਨ ਖੇਤਰ ਨਾਲ ਜੁੜੀਆਂ ਹੋਈਆਂ ਨੇ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਸੀਂ ਅਗਲੇ ਹਫ਼ਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ